ਪੰਜਾਬੀ ਇੰਡਸਟਰੀ 'ਚ ਕੰਟਰੋਵਰਸੀ ਡਾਇਰੈਕਟਰਾਂ ਪ੍ਰੋਡਿਊਸਰਾਂ ਅਤੇ ਸਿੰਗਰਾਂ ਵੱਲੋਂ ਖੁਦ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਅਤੇ ਇਹ ਰੀਤ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਅਜਿਹੀ ਇੱਕ ਕਾਲ ਰਿਕਾਰਡਿੰਗ ਸਿੰਗਰ ਪ੍ਰੀਤ ਸਿੰਘ ਅਤੇ ਸਿੰਗਰ ਰਾਵਣ ਜੋ ਕਿ 69 ਵੈਸਟ ਸਟੂਡੀਓ ਵਿੱਚ ਬੌਂਡ ਰਿਹਾ ਹੈ, ਇਸ ਕਾਲ ਰਿਕਾਰਡਿੰਗ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੰਗਰ ਰਾਵਣ ਤੋਂ ਉਸ ਦੇ ਪ੍ਰੋਡਿਊਸਰ ਅਤੇ 69 ਵੈਸਟ ਦੇ ਮਾਲਕ ਰਣਬੀਰ ਬਾਠੋਰੀ ਆਪਣੇ ਆਰਟਿਸਟਾਂ ਨੂੰ ਚਲਾਉਣ ਲਈ ਖੁਦ ਕੰਟਰੋਵਰਸੀਜ਼ ਕ੍ਰੀਏਟ ਕਰਦੇ ਨੇ, ਜਿਸ ਦੀ ਪੁਸ਼ਟੀ ਉਹਨਾਂ ਦੇ ਹੀ ਬੌਂਡ ਸਿੰਗਰ ਨੇ ਗਾਇਕ ਪ੍ਰੀਤ ਸਿਆਂ ਨਾਲ ਫੋਨ 'ਤੇ ਗੱਲਬਾਤ ਦਰਮਿਆਨ ਸਾਂਝੀ ਕੀਤੀ। ਅਤੇ ਹੁਣ ਇਹ ਕਾਲ ਰਿਕਾਰਡਿੰਗ ਹੋ ਗਈ ਹੈ ਵਾਇਰਲ, ਸੁਣੋ ਕੀ ਕਿਹਾ ਗਾਇਕ ਪ੍ਰੀਤ ਸਿਆਂ ਨੂੰ ਰਾਵਣ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਹੈ? ਵਧੀਆ ਵਧੀਆ, ਤੁਸੀਂ ਸੁਣਾਓ? ਪ੍ਰੀਤ ਸਿਆਂ ਬੋਲਦਾ ਬਾਈ, ਕੀ ਹਾਲ ਹੈ? ਹਾਂਜੀ ਹਾਂਜੀ, ਵਧੀਆ ਵਧੀਆ, ਤੁਸੀਂ ਸੁਣਾਓ? ਕਿਵੇਂ? ਗੁੱਡ ਗੁੱਡ ਗੁੱਡ, ਵਧੀਆ ਵਧੀਆ। ਹੋਰ ਘਰ ਪਰਿਵਾਰ ਠੀਕ ਹੈ ਵੀਰੇ? ਹਾਂਜੀ ਹਾਂਜੀ ਸਰ, ਤੁਸੀਂ ਦੱਸੋ ਕੀ ਕਹਿੰਦਾ ਕੰਮ ਕਾਰ? ਪੂਰੇ ਵਧੀਆ ਪੂਰੇ ਵਧੀਆ। ਹਾਂ, ਆਪਾਂ ਉਹੀ ਗਾਣੇ ਕਰੀ ਜਾਂਦੇ, ਬਣਾਈ ਜਾਂਦੇ। ਅੱਛਾ ਅੱਛਾ, ਕੀ ਦੇਣਾ ਕਰਦਾ ਰਾਵਣ ਹੁਣ? ਆਪਣਾ ਹੁਣ? ਹਾਂ ਹਾਂ, ਹੁਣ ਭਾਅ ਜੀ ਆਪਣਾ ਹੀ ਕਰ ਰਹੇ ਹਾਂ। ਅੱਛਾ, ਮੇਰੀ ਗੱਲ ਸੁਣ, ਮੈਂ ਤੇਰੇ ਨਾਲ ਥੋੜੀਆਂ ਗੱਲਾਂ ਕਰਨੀਆਂ ਕੁਛ। ਹਾਂਜੀ ਹਾਂਜੀ, ਇਹਨਾਂ ਬਾਰੇ, ਬਾਠ ਹੋਣਾ ਬਾਰੇ। ਅੱਛਾ ਅੱਛਾ, ਮੈਂ ਕੱਲ ਵੀ ਵੀਡੀਓ ਪਾਈ ਸੀ, ਫਿਰ ਮੈਂ ਤੇਰੀਆਂ ਵੀਡੀਓ ਦੇਖੀਆਂ। ਮੈਂ ਦੇਖੀ ਦੇਖੀ ਵੀਡੀਓ ਤੁਹਾਡੀ। ਅੱਛਾ, ਤੇ ਮੈਨੂੰ ਐਂ ਦੱਸ, ਤੇ ਇਹਨਾਂ ਨੇ ਹੁਣ ਤੱਕ ਜਿੰਨੇ ਮੈਨੂੰ ਲੱਗਿਆ ਇਹਨਾਂ ਨੇ ਕਹਿ ਕਹਿ ਕੇ ਸਟੰਟ ਕਰਾਇਆ, ਜਿੰਨੇ ਹੁਣ ਤੇਰੇ ਗਾਣਿਆਂ ਦੇ ਵੀ ਕਾਫੀਆਂ ਦੇ ਕਰਾਏ, ਮੁੱਖ ਮੰਤਰੀ ਵਾਲੇ ਵੀ ਸਾਰੇ, ਆਹ ਵੀ ਇਹਨਾਂ ਨੇ ਸਟੰਟ ਚਲਾਇਆ ਵਿਹੜਾ ਚਲਾਇਆ ਵਿਆ। ਹਾਂਜੀ, ਇਹਨਾਂ ਨੇ ਕੀ ਕੀਤਾ, ਮਤਲਬ ਤੇਰੇ ਗਾਣੇ ਕਿਵੇਂ, ਤੂੰ ਕਿਵੇਂ ਇਹਨਾਂ ਨਾਲ ਕੰਮ ਕੁੰਮ ਕਰਿਆ, ਮੈਨੂੰ ਉਹ ਦੱਸ ਮੜੀਆਂ ਦੋ ਚਾਰ ਗੱਲਾਂ। ਮੇਰੇ ਨਾਲ ਭਾਜੀ ਇੱਦਾਂ, ਆਪਾਂ ਜਦੋਂ ਪਹਿਲੇ ਸਟਾਰਟਿੰਗ ਤੋਂ ਮਿਲੇ। ਅੱਛਾ, ਆਪਾਂ ਗਾਣਾ ਚੰਗਾ ਗਾਣਾ ਕੀਤਾ ਭਗਤ ਸਿੰਘ ਤੇ। ਅੱਛਾ ਜੀ, ਕੋਈ ਐਡ ਨੀ, ਚਲੋ ਆਪਾਂ ਉਦਾਂ ਗਾਣਾ ਪਾਇਆ, ਫਿਰ ਜਿਵੇਂ ਜਿਵੇਂ ਟਾਈਮ ਲੰਘਦਾ ਗਿਆ ਨਾ, ਹਾਂਜੀ, ਇਹ ਆਉਂਦੇ ਹੁਣ ਆਪਾਂ ਨਾਮ ਬਣਾਉਣਾ ਆ ਤੇਰਾ ਗਾਣਾ, ਤੂੰ ਕੰਟਰੋਵਰਸੀ ਕਰਨੀ। ਮੈਂ ਨਹੀਂ ਭਾਈ, ਆਪਾਂ ਕਿਉਂ ਕਿਸੇ ਨੂੰ ਮਾੜਾ ਕਹਿਣਾ? ਹਾਂ, ਤੇ ਆਉਂਦੇ ਨਹੀਂ ਨਹੀਂ ਤੇਰਾ ਇੱਦਾਂ ਨਾਂ ਬੰਨਾ, ਤੇ ਜਿੰਨਾ ਚੰਨੂ ਆਪਾਂ ਜੋ ਕਹਿੰਦਾ ਸੀਗਾ ਤੈਨੂੰ ਇਹ ਕੰਟਰੋਵਰਸੀ। ਅੱਛਾ, ਹਾਂ ਠੀਕ ਆ। ਤੇ ਉਹਨਾਂ ਜਿਹਨੂੰ ਭਗਤ ਸਿੰਘ ਗਾਣੇ ਤੋਂ ਬਾਅਦ ਮੈਨੂੰ ਇੰਨਾ ਬੌਂਡ ਕੀਤਾ, ਇੱਕ ਹਿਸਾਬ ਦਾ ਸਾਈਨ ਐਗਰੀਮੈਂਟ ਜਿਹਾ ਕੀਤਾ। ਕਿੰਨੇ ਟਾਈਮ ਲਈ? ਆਪਾਂ ਇੰਨਾ ਪਿਆਰ ਪੈ ਗਿਆ ਵੀਰ ਭਰਾਵਾਂ ਕਰਕੇ, ਆਪਾਂ ਕੋਈ ਇੱਦਾਂ ਕੇਅਰ ਨਹੀਂ ਕੀਤੀ। ਇੱਕ ਪਿਆਰ ਜਿੱਦਾਂ ਹੁੰਦਾ ਨਾ, ਨਹੀਂ ਵਿਸ਼ਵਾਸ ਹੈ ਆਪਣਾ ਭਰਾ ਆ, ਉਹ ਚੀਜ਼ ਆਪਾਂ ਕਰਕੇ ਫਿਰ ਇੱਦਾਂ ਕੰਮ ਕਾਰ ਕੀਤੇ। ਆਂਦੇ ਤੂੰ ਸਾਡੇ ਨਾਲ ਬੌਂਡ ਐ, ਜਿੱਦਾਂ ਕਹਿਣਾ ਤੂੰ ਉਦਾਂ ਕਰਨਾ ਆ, ਇੱਦਾਂ ਉਹ, ਇੱਕ ਮਤਲਬ ਪ੍ਰੈਸ਼ਰ ਚ ਨੀ ਬੰਦੇ ਨੂੰ ਕਹਿੰਦੇ, ਹਾਂ ਹਾਂ, ਉਹ ਦਬਾਅ ਪਾ ਗਏ। ਅੱਛਾ, ਤੇ ਕੰਟਰੋਵਰਸੀ ਕਰਾਈ। ਕਿਹੜੇ ਕਿਹੜੇ ਗਾਣੇ ਦੀਆਂ ਕੰਟਰੋਵਰਸੀਆਂ ਕਰਾਈਆਂ ਇਹਨਾਂ ਨੇ ਤੇਰੇ ਦੀਆਂ? ਇਹ ਆਪਣਾ ਪਹਿਲਾਂ ਇਹ ਤਾਂ ਰੀਅਲ ਸੰਜੂ, ਹਾਂ, ਇਹ ਆਪਣਾ ਸਿੱਧੂ ਮੂਸੇਵਾਲ ਨਾਲ ਕੰਟਰੋਵਰਸੀ ਕਰਾਈ ਇਹਨਾਂ। ਅੱਛਾ, ਤੈਨੂੰ ਕਹਿੰਦੇ ਉਹਦੇ ਨਾਲ, ਉਹ ਇਹਦੇ ਜਾਣ ਕੇ ਲਿਖਾਇਆ ਇਹਨਾਂ ਨੇ ਗਾਣਾ ਫਿਰ ਉਹ ਕੇ ਪਹਿਲਾਂ ਲਿਖਿਆ ਪਿਆ ਸੀ? ਹਾਂ, ਧੱਕੇ ਨਾਲ ਇਹਨਾਂ ਗਾਣਾ ਲਿਖਾਇਆ। ਅੱਛਾ, ਉਹ ਗਾਣਾ ਧੱਕੇ ਨਾਲ ਲਿਖਾਇਆ ਵੀ ਆਪਾਂ ਕੰਟਰੋਵਰਸੀ ਕਰਨੀ ਆ। ਹਾਂ, ਆਪਾਂ ਕੰਟਰੋਵਰਸੀ ਕਰਨੀ। ਕੱਲੇ ਕੱਲੇ ਨਹੀਂ ਗਾਇਆ ਤੈਂ ਕਿ ਨਾਲ ਸੀ ਕੋਈ? ਉਹ ਮੈਂ ਵਿੱਚ ਹੈਗਾ ਮੰਤਰੀ। ਅੱਛਾ, ਮੰਤਰੀ ਦਾ ਵਿੱਚ ਹੈਗਾ ਜੀ ਥੋੜਾ। ਅੱਛਾ ਅੱਛਾ, ਉਹ ਵਿੱਚ ਕੀਤਾ ਉਹਦਾ? ਲਿਰਿਕਸ ਸਾਰੇ ਮੈਂ ਲਿਖੇ ਸੀ। ਅੱਛਾ, ਉਹ ਫਿਰ ਤੈਂ ਪਹਿਲਾਂ ਲਿਖੇ ਹੋਏ ਸੀ ਤੇਰੇ ਕੋਲ ਕਿ ਇਹਨਾਂ ਨੇ ਲਿਖਾਏ? ਨਹੀਂ, ਇਹਨਾਂ ਲਿਖਾਏ ਆਪਾਂ ਚੀਜ਼ ਕਰਨੀ ਆ। ਅੱਛਾ, ਜਾਣੀ ਤੈਨੂੰ ਪਲਾਨ ਇਹ ਦੱਸਦਾ ਸੀ ਆਪਾਂ ਹਰੇਕ ਚੀਜ਼ ਦੀ ਕੰਟਰੋਵਰਸੀ ਕਰਕੇ ਚਲਾਉਣੀ ਆ ਬਾਠ। ਹਾਂ, ਪਹਿਲਾਂ ਇਹ ਮੈਨੂੰ ਕਹਿੰਦੇ ਸੀ ਸੁਲਤਾਨ ਨਾਲ ਕਰਨੀ ਆਪਾਂ। ਅੱਛਾ, ਹਾਂ, ਫਿਰ ਜਦੋਂ ਉਹਨਾਂ ਦੇ ਫੋਨ ਵਗੈਰਾ ਆਏ ਨਾ ਸੁਲਤਾਨ ਹੁਣਾਂ ਦੇ, ਹਾਂ, ਇਹਨਾਂ ਫਿਰ ਕੈਂਸਲ ਕਰਕੇ ਆਉਂਦੇ ਆਪਾਂ ਸਿੱਧੂ ਫਿਰਨਾ ਹੁਣ। ਅੱਛਾ, ਮੈਂ ਕਿਹਾ ਨਹੀਂ, ਫਿਰ ਸਰ ਜੀ ਇੱਦਾਂ ਨਾ ਕਰੋ। ਫਿਰ ਆਉਂਦੇ ਨਹੀਂ, ਤੂੰ ਸਾਨੂੰ ਸਿਖਾਏਗਾ ਇੱਦਾਂ ਇਹ ਆ। ਹਾਂ, ਤੇ ਮੈਂ ਫਿਰ ਚਲੋ ਆਪਾਂ ਫਿਰ ਮਾੜੇ ਘਰੋਂ ਆਪਾਂ ਹੈਗੇ ਹਾਂ ਹੁਣ, ਤੇ ਆਪਾਂ ਨੂੰ ਕਰਨਾ ਪਿਆ ਫਿਰ। ਅੱਛਾ, ਤੇ ਆਂਦੇ ਇੱਦਾਂ ਕਰੋ ਕੰਟਰੋਵਰਸੀ। ਨਹੀਂ ਰਾਵਣ, ਤੈਨੂੰ ਨੀ ਲੱਗਦਾ ਵੀ ਇਹ ਯਾਰ ਵੀ ਗਲਤ ਚੱਲ ਰਹੇ ਆ ਇਹ ਹਰੇਕ ਚੀਜ਼ ਲਈ ਕੰਟਰੋਵਰਸੀ, ਹਰੇਕ ਚੀਜ਼ ਲਈ ਕਿਸੇ ਨੂੰ ਬਦਨਾਮ ਕਰਨ ਦੇ ਵਿੱਚ ਰਾਵਣ, ਇਹ ਗੱਲਾਂ ਕਰ? ਹਾਂਜੀ 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 ਸਰ, ਜਦੋਂ ਆਪਾਂ ਹੁਣ ਲੈ ਕੇ ਹੁਣ ਤੂੰ ਦੇਖੀਆਂ ਹੋਣੀਆਂ ਵੀਡੀਓ, ਜਾਣ ਬੁੱਝ ਕੇ ਉਹ ਕਿਸੇ ਨੇ ਕਰਾਈਆਂ ਖਦੀ, ਇਹਨਾਂ ਨੇ ਕਰਾਈਆਂ ਹਨਾ, ਫਾਇਰਿੰਗ ਕਰਾਈ ਆ ਇਹਨਾਂ ਨੇ, ਆਪ ਹੀ ਕਰਾਈ ਆ ਇਹਨਾਂ ਨੇ, ਉਹ ਜਿਹੜਾ ਬੰਦਾ ਜੰਮੇ ਹੀ ਰਾਵਣ, ਜਿਹੜਾ ਬੰਦਾ ਜੰਮੇ ਹੀ ਸਟੰਟਬਾਜ਼ੀ ਚ, ਆ ਵੀ ਹਰੇਕ ਚੀਜ਼ ਲਈ ਸਟੰਟਬਾਜ਼ੀ। ਹੁਣ ਤੂੰ ਬੱਚਾ ਯਾਰ, ਤੂੰ ਹਨਾ ਸ਼ੂਟ, ਤੇਰੀ ਕਿੰਨੀ ਉਮਰ ਆ ਤੇਰੀ? ਆਪਣੀ ਸਰ ਹੈਗੀ ਹੈ 18 ਸਾਲ ਹੀ। ਇਹਨਾਂ ਨੇ ਮੁੱਖ ਮੰਤਰੀ, ਮਤਲਬ ਤੇਰੇ ਤੋਂ ਵੀ ਛੋਟਾ ਹੋਊਗਾ ਸ਼ਾਇਦ, ਤੇਰੀ ਉਮਰ ਦਾ ਹੀ ਛੋਟਾ। ਹਾਂਜੀ ਹਾਂਜੀ, ਛੋਟਾ, ਤੇਰੇ ਤੋਂ ਵੀ ਛੋਟਾ। ਉਹਨੂੰ ਵੀ ਸਟੰਟਬਾਜ਼ੀ ਕਰਾ ਹਨਾ, ਉਹਨੂੰ ਵੀ ਅੱਗੇ ਲੈ ਕੇ ਆਏ। ਮੈਨੂੰ ਪਤਾ, ਮੈਂ ਉੱਥੇ ਰਹਿੰਦਾ ਰਿਹਾ, ਮੈਨੂੰ ਪਤਾ ਉਹਨੇ ਕਿੱਦਾਂ। ਹੁਣ ਸੋਨੀ ਮਾਨ ਵਾਲਾ ਗਾਣਾ ਕਿਹਨੇ ਲਿਖਿਆ, ਕਿਹੜੇ ਮੁੰਡੇ ਨੇ ਲਿਖਿਆ ਜੀ? ਇਹ ਪਤਾ ਨੀ ਪਈ। ਦੇਖ ਲੈ, ਇਹ ਕਹਿ ਕੇ ਲਿਖਾਇਆ ਗਿਆ ਵੀ ਲੱਖੇ ਸਿਧਾਣੇ ਦਾ ਨਾਮ ਲਓ ਵਿੱਚ ਵੀ ਕੰਟਰੋਵਰਸੀ ਛੇੜਨੀ ਹੈ। ਸਰ ਇਹਨਾਂ ਦਾ ਇੱਕ ਪਲੈਨਿੰਗ ਹੁੰਦੀ ਕਿ ਆਪਾਂ ਆਹ ਚੀਜ਼ ਕਰਾਂਗੇ, ਸਾਡਾ ਅਸੀਂ ਚਰਚਾ 'ਚ ਆਵਾਂਗੇ, ਅਸੀਂ ਇੱਦਾਂ ਕਰਕੇ ਹੋਏਗਾ, ਹਾਈਲਾਈਟ ਹੋਵਾਂਗੇ। ਅੱਛਾ, ਇਹਨਾਂ ਦਾ ਅਗਲਾ ਗਾਣਾ ਕਹਿੰਦੇ ਆਪਾਂ ਕੰਟਰੋਵਰਸੀ ਕਰਨਾ, ਉਸ ਟਾਈਮ ਮੈਂ ਨਾ ਕਰਤੀ। ਮੈਂ ਨਹੀਂ ਭਾਜੀ, ਮੇਰੇ ਕਿਹੜਾ ਅਗਲਾ ਕਿਹੜਾ ਗਾਣਾ ਕਰਨ ਲੱਗੇ ਸੀ? ਕਹਿੰਦੇ ਸੀ ਹੁਣ ਆਪਾਂ ਕੋਈ ਹੋਰ ਸਿੰਗਰ ਫੜਨਾ ਆ। ਅੱਛਾ, ਵੀ ਤੂੰ ਲਿਖ। ਅੱਛਾ, ਪ੍ਰੇਮ ਢਿੱਲੋਂ ਨਾਲ ਕਰਨੀ ਹੁਣ ਆਪਾਂ ਕੰਟਰੋਵਰਸੀ। ਅੱਛਾ,
ਉਹ ਤੇ ਮੈਂ ਨਹੀਂ ਸਰ ਆਪਾਂ ਹੁਣ ਏਦਾਂ ਨਹੀਂ ਕਿਉਂ ਆਪਾਂ ਕਿਸੇ ਨੂੰ ਮਾੜਾ ਕਹਿਣਾ ਹਾਂ ਤੇ ਫਿਰ ਜਦੋਂ ਆਪਾਂ ਨਾ ਕੀਤੀ ਹਾਂ ਇਹ ਸਾਨੂੰ ਫਿਰ ਗਲਤ ਵਰਡਿੰਗ ਬੋਲਣ ਲੱਗ ਪਏ ਕੀ ਕਹਿੰਦੇ ਸੀ ਤੂੰ ਸਾਲਿਆ ਏਦਾਂ ਤੂੰ ਹੁਣ ਸਾਨੂੰ ਸਿਖਾਏ ਆ ਕੰਪਨੀਆਂ ਚਲਾਉਣੀਆਂ ਅਸੀਂ ਕਿੱਦਾਂ ਚਲਾਉਣਾ ਆ ਤੂੰ ਇਹ ਭੈਣ ਚੋ ਤੁਹਾਨੂੰ ਕੋਈ ਪੁੱਛਦਾ ਨੀ ਸੀ ਜੇ ਵੋ ਸਰ ਆਪਾਂ ਫਿਰ ਇਸ ਗੱਲ ਕਰਕੇ ਪਿੱਛੇ ਹਟ ਗਏ ਆਪਾਂ ਕਿਸੇ ਗੱਲਾਂ ਥੋੜੀ ਸੁਣੀਆਂ ਚੰਗੀ ਕਲਾ ਸਾਨੂੰ ਦਿੱਤੀ ਰੱਬ ਨੇ ਤੇ ਅਸੀਂ ਚੰਗੇ ਤਰੀਕੇ ਨਾਲ ਅੱਗੇ ਆਉਣਾ ਚਾਹੁੰਦੇ ਹਾਂ ਹਾਂ ਇਹ ਵੀ ਗੱਲ ਸਹੀ ਆ ਆਉਣਾ ਵੀ ਚਾਹੀਦਾ ਤੁਹਾਡੇ ਵੀਰ ਮੇਰੇ ਜ਼ਰੂਰੀ ਹੈ ਹਾਂ ਟਾਈਮ ਪਾਲਾਂਗੇ ਕੋਈ ਨੀ ਪਰ ਚੰਗੇ ਤਰੀਕੇ ਨਾਲ ਆਵਾਂਗੇ ਹਾਂ ਨਹੀਂ ਨਹੀਂ ਸਹੀ ਸਹੀ ਗੱਲ ਸਹੀ ਗੱਲ ਆ ਕਿਸੇ ਨੂੰ ਆਪਾਂ ਕਿਉਂ ਮਾੜਾ ਕਹਿਣਾ ਹਾਂ ਜੇ ਇੱਕ ਵਾਰੀ ਉਹਨਾਂ ਆਪਾਂ ਕਹਿ ਦਿੱਤਾ ਫਿਰ ਬਾਰ ਬਾਰ ਥੋੜੀ ਇਹ ਚੀਜ਼ ਕਰਦੇ ਚੰਗੇ ਲੱਗਦੇ ਕਿੰਨੇ ਗਾਣੇ ਕਿੰਨੇ ਕੀਤੇ ਇਹਨਾਂ ਦਿਨਾਂ ਦਾ ਮੈਂ ਇਹਨਾਂ ਨਾਲ ਭਾਜੀ ਕੀਤੇ ਟੋਟਲ 5 ਗਾਣੇ ਕੀਤੇ ਆ ਪੰਜਾਂ ਗਾਣਿਆਂ ਦੀ ਕੰਟਰੋਵਰਸੀ ਕਰਾਈ ਇਹਨਾਂ ਨੇ ਨਹੀਂ ਨਹੀਂ ਪਹਿਲਾ ਗਾਣਾ ਮੇਰਾ ਭਗਤ ਸਿੰਘ ਤੇ ਸੀ ਦੂਜਾ ਸੰਤ ਭਿੰਡਰ ਵਾਲਾ ਜੀ ਤੇ ਹਾਂ ਇਹਨਾਂ ਨੇ ਬਾਬਿਆਂ ਦੇ ਨਾਮ ਤੇ ਵੀ ਕੰਟਰੋਵਰਸੀ ਕਰਾਈ ਬਾਬਿਆਂ ਦੀ ਪਲੈਨਿੰਗ ਸੀ ਹੈ ਪਲੈਨਿੰਗ ਸੀ ਪਹਿਲਾਂ ਬਾਬੇ ਚੰਗੀ ਚੰਗੀ ਚੀਜ਼ ਕਰਾਂਗੇ ਨਾ ਤੇ ਫਿਰ ਜਦੋਂ ਲੋਕਾਂ ਨਹੀਂ ਆਪਾਂ ਕਹਿਣਾਗੇ ਉਹ ਚੀਜ਼ ਨਹੀਂ ਸੁਣੀ ਫਿਰ ਅਸੀਂ ਕੰਟਰੋਵਰਸੀ ਕੀਤੀ ਅੱਛਾ ਇਹ ਚੀਜ਼ ਸੀ ਇਹਨਾਂ ਦੀ ਓਕੇ ਫਿਰ ਉਦੋਂ ਬਾਅਦ ਬਾਬਿਆਂ ਤੋਂ ਬਾਅਦ ਕਿਹੜਾ ਗਾਣਾ ਕੀਤਾ ਬਾਬਿਆਂ ਤੋਂ ਬਾਅਦ ਇਹਨਾਂ ਮੇਰੇ ਕੋਲ ਗਾਣਾ ਰੀਅਲ ਸੰਜੂ ਕਰਾਇਆ ਅੱਛਾ ਰੀਅਲ ਸੰਜੂ ਤੋਂ ਬਾਅਦ ਫਿਰ ਗਾਣਾ ਇਹਨਾਂ ਆਉਂਦੇ ਆ ਕਾਪੀਰਾਈਟ ਜਦੋਂ ਉਹਨਾਂ ਪਾਤਾ ਇਹਨਾਂ ਕਾਪੀਰਾਈਟ ਗਾਣਾ ਕਰਾਇਆ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਨਾ ਕਰਤੀ ਤੇ ਨਹੀਂ ਭਾਜੀ ਆਪਾਂ ਹੋਰ ਨੀ ਆ ਚੱਕਰਾਂ ਚ ਪੈਣਾ ਚਾਹੁੰਦੇ ਸਾਨੂੰ ਫੋਨ ਵਗੈਰਾ ਵੀ ਆਏ ਨਾ ਫਿਰ ਕਿਹੜੇ ਆਏ ਅਸੀਂ ਅੱਛਾ ਤੇ ਅਸੀਂ ਕਿਹਾ ਭਾਜੀ ਆਪਾਂ ਨੀ ਆ ਚੱਕਰਾਂ ਜਾਣਾ ਚਾਹੁੰਦੇ ਅਸੀਂ ਨਹੀਂ ਕਰਨਾ ਆ ਕੰਮ ਯਾਰ ਵੈਸੇ ਇਹਨਾਂ ਨੂੰ ਸ਼ਰਮ ਨੀ ਆਉਂਦੀ ਵੀ ਇਹ ਤੂੰ ਤੇਰੀ ਕਿੱਡੀ ਕੁ ਉਮਰ ਆ ਤੇਰਾ ਲੋਕਾਂ ਨਾਲ ਬੈਰ ਪਵਾਤਾ ਜਾਂ ਤੇਰੇ ਚੱਲ ਤੇ ਲੋਕ ਵੀ ਚਲੋ ਸਮਝਦੇ ਨੇ ਵਿਚਾਰੇ ਜਿਹੜੇ ਵੀ ਆਪਣੇ ਭਰਾ ਨੇ ਪੰਜਾਬੀ ਭਰਾ ਸਾਰੇ ਜਿਹੜੇ ਵੀ ਸੁਣਦੇ ਨੇ ਚਲੋ ਬੱਚਾ ਹਨਾ ਤੂੰ ਗੱਲ ਪਰ ਗੱਲ ਇਹ ਆ ਵੀ ਇਹ ਚੀਜ਼ਾਂ ਕਿਉਂ ਕਰਾਉਂਦੇ ਨੇ ਕਿਉਂ ਇਹੋ ਜਿਹੇ ਨਾਮ ਕਰ ਕਰਕੇ ਅੱਗੇ ਆਉਂਦੇ ਨੇ ਇਹ ਚੀਜ਼ਾਂ ਲੈ ਕੇ ਵੀ ਤੁਸੀਂ ਆਪਦੇ ਦਮ ਤੇ ਆਓ ਜੇ ਤੁਹਾਡੇ ਜਿਹੇ ਰੱਬ ਨੇ ਤੁਹਾਨੂੰ ਦਿੱਤੀ ਅਕਲ ਆ ਅਸੀਂ ਕਿਹੜਾ ਕਰਦੇ ਨੀ ਵੀਰੇ ਅਸੀਂ ਗਾਣੇ ਕਰਦੇ ਹਾਂ ਸਾਰਾ ਕੁਛ ਕਰਦੇ ਹਾਂ ਮੈਂ ਕਿਹੜਾ ਕਰਦਾ ਨੀ ਮੇਰੇ ਬਥੇਰੇ ਗਾਣੇ ਆ ਪਰ ਚੱਕਰ ਇਹ ਆ ਵੀ ਆਪਾਂ ਇਹ ਥੋੜੀ ਆ ਵੀ ਆਪਾਂ ਕਿਸੇ ਨੂੰ ਬਦਨਾਮ ਕਰਕੇ ਅੱਗੇ ਆਈਏ ਜਾਂ ਆਪਾਂ ਕਿਸੇ ਨੂੰ ਟਾਰਗੇਟ ਕਰਕੇ ਆਈਏ ਜਾਂ ਚੱਲ ਸਿੱਧੂ ਦਾ ਨਾਮ ਆ ਸਿੱਧੂ ਨੂੰ ਟਾਰਗੇਟ ਕਰਕੇ ਚੱਲੀਏ ਪ੍ਰੇਮ ਢਿੱਲੋਂ ਦਾ ਨਾਮ ਪ੍ਰੇਮ ਢਿੱਲੋਂ ਨੂੰ ਆਪਾਂ ਬਦਨਾਮ ਕਰਕੇ ਚੱਲੀਏ ਹੈ ਇਹ ਸੋਚ ਭਾਜੀ ਮੈਂ ਲੈ ਕੇ ਚੱਲਣਾ ਕਿ ਨਹੀਂ ਆਪਾਂ ਚੰਗੇ ਤਰੀਕੇ ਨਾਲ ਅੱਗੇ ਆਉਣਾ ਚਾਹੁੰਦੇ ਹੁਣ ਉਹਨਾਂ ਦੀ ਆਪਦੀ ਆਪਦੀ ਕਿਸਮਤ ਆ ਉਹ ਆਪਦੀ ਕਿਸਮਤ ਨਾਲ ਅੱਗੇ ਆਇਆ ਚਾਹੇ ਕੋਈ ਵੀ ਸਿੰਗਰ ਆ ਚਾਹੇ ਛੋਟਾ ਚਾਹੇ ਵੱਡਾ ਉਹ ਕੋਈ ਵੀ ਸਿੰਗਰ ਆਪਦੀ ਕਿਸਮਤ ਨਾਲ ਅੱਗੇ ਆਉਂਦਾ ਇਹਦਾ ਮਤਲਬ ਥੋੜੀ ਵੀ ਆਪਾਂ ਹਰੇਕ ਬੰਦੇ ਤੇ ਇਲਜ਼ਾਮ ਲਾ ਕੇ ਸਟੰਟ ਕਰਕੇ ਚੱਲੀਏ ਹਾਂਜੀ ਇਹ ਸਰ ਸਕੀਮਾਂ ਲਾਉਂਦੇ ਆ ਜੁਗਾੜ ਇੱਦਾਂ ਕਰ ਦਾਂਗੇ ਸਾਡਾ ਨਾਂ ਬਣ ਜੂਗਾ ਇੱਦਾਂ ਕਰ ਦਾਂਗੇ ਹੁਣ ਤੱਕ ਜਾਣੀ ਇਹਨਾਂ ਨੇ ਮੈਨੂੰ ਵੀ ਪਤਾ ਹੀ ਹੈ ਚਲੋ ਆਪਾਂ ਸਾਰੇ ਹੀ ਜਾਣਦੇ ਆ ਜਿੰਨੇ ਵੀ ਹਨਾ ਵੀ ਸਟੰਟ ਕਰ ਕਰਕੇ ਚੁੰਮ ਲਿਆ ਲੱਖੇ ਬਾਈ ਤੇ ਦੇਖ ਕਿੱਡੇ ਕਿੱਡੇ ਇਲਜ਼ਾਮ ਲਾਈ ਜਾਂਦੇ ਦੱਸ ਲੈ ਇਹਨਾਂ ਨੂੰ ਸਾਰਾ ਪਤਾ ਇਹਨਾਂ ਦੇ ਪਿੱਛੇ ਕਿਹੜੀਆਂ ਸਰਕਾਰਾਂ ਨੇ ਇਹ ਸਭ ਗੇਮ ਪਲਾਨ ਨੇ ਸਾਰਿਆਂ ਨੂੰ ਪਤਾ ਸੀ ਵੀ ਲੱਖੇ ਨੇ ਜਦੇ ਲੱਖੇ ਬਾਈ ਨੇ ਇਹ ਪਤਾ ਕੀ ਇਹ ਮੇਰੇ ਹਿਸਾਬ ਨਾਲ ਮੈਨੂੰ ਤਾਂ ਐਂ ਲੱਗਦਾ ਵੀ ਇਹ ਰਾਤੋ ਰਾਤ ਹੀ ਦੋ ਰਾਤਾਂ ਦੇ ਵਿੱਚ ਹੀ ਗਾਣਾ ਲਿਖਾਉਂਦੇ ਨੇ ਵੀ ਆਹ ਆਪਾਂ ਪਲਾਨ ਹਾਂਜੀ ਇਹ ਸਰ ਇਹਨਾਂ ਦਾ ਕੰਮ ਹੈ ਕਿ ਬੰਦਾ ਕੰਮ ਕੱਢਿਆ ਤੇ ਬੰਦਾ ਛੱਡਿਆ ਅੱਛਾ ਇਹ ਕੰਮ ਇਹਨਾਂ ਦਾ ਕੋਈ ਨਵਾਂ ਬੰਦਾ ਤੂੰ ਮਿਊਜ਼ਿਕ ਕਰਦਾ ਤੂੰ ਸਾਡੇ ਗਾਣੇ ਦਾ ਫ੍ਰੀ ਕਰਦੇ ਤੇਰਾ ਨਾਮ ਬਣਾ ਦਾਂਗੇ ਇੱਦਾਂ ਕਰ ਦਾਂਗੇ ਅੱਛਾ ਜਦੋਂ ਕੰਮ ਕਰਾ ਲਿਆ ਬਾਅਦ ਬੰਦਾ ਤੂੰ ਕੌਣ ਤੇ ਮੈਂ ਕੌਣ ਉਹਨੂੰ ਗਾਲਾਂ ਕੱਢਤੀਆਂ ਏਦਾਂ ਹੀ ਆਪਣਾ ਬ੍ਰਦਰ ਮੇਰਾ ਵੱਡਾ ਤੇ ਉਹ ਐਡੀਟਿੰਗ ਦਾ ਕੰਮ ਕਰਦਾ ਅੱਛਾ ਐਡੀਟਿੰਗ ਤੇ ਉਹਦੇ ਕੋਲ ਕਰਾ ਲਈਆਂ ਹਾਂ ਤੇ ਜਦੋਂ ਉਹਨਾਂ ਕਿਹਾ ਹਾਂਜੀ ਭਾਜੀ ਆਪਣਾ ਖਰਚਾ ਪਾਣੀ ਦੇ ਦੋ ਤੁਹਾਨੂੰ ਕੌਣ ਪੁੱਛਦਾ ਸੀ ਤੁਹਾਨੂੰ ਕੋਈ ਜਾਣਦਾ ਨੀ ਇਹ ਜੋ ਅੱਛਾ ਤੁਹਾਨੂੰ ਨਹੀਂ ਜਾਣਦੇ ਲੋਕ ਹਾਂ ਤੇਰੇ ਭਰਾ ਨੂੰ ਇਹ ਕਰਾਤਾ ਤੁਹਾਨੂੰ ਇਹ ਰੋਲਦੇ ਫਿਰਨਾ ਤੁਸੀਂ ਗੱਲਾਂ ਮਤਲਬ ਸੁਣਾਈਆਂ ਗਲਤ ਵਰਡਿੰਗ ਵੀ ਯੂਜ਼ ਕੀਤੀ ਇਹਨਾਂ ਓਕੇ ਸਾਡੇ ਕੋਲ ਕੱਲੇ ਕੱਲੇ ਸਕਰੀਨਸ਼ਾਟ ਵੀ ਪਏ ਆ ਅੱਛਾ ਹਾਂਜੀ ਉਹ ਬੰਦੇ ਨੂੰ ਮੁੰਡੇ ਨੂੰ ਬੋਲੇ ਜਿਹੜਾ ਹਾਂ ਮੈਨੂੰ ਵੀ ਬੋਲੇ ਭਰਾ ਨੂੰ ਵੀ ਬੋਲੇ ਅੱਛਾ ਅੱਛਾ ਉਹ ਜਿਹੜਾ ਭਰਾ ਤੇਰਾ ਮਿਊਜ਼ਿਕ ਕਰਦਾ ਕੀ ਕਰਦਾ ਉਹ ਨਹੀਂ ਉਹ ਭਰਾ ਵੀਡੀਓ ਐਡੀਟਿੰਗ ਕਰਦਾ ਓਕੇ ਓਕੇ ਉਸ ਵਗੈਰਾ ਸੋਨੀ ਮਾਨ ਦੇ ਕਾਫੀ ਗਾਣੇ ਐਡਿਟ ਕੀਤੇ ਆ ਓਕੇ ਇਹ ਸੋਨੀ ਮਾਨ ਨੂੰ ਵੀ ਸਟੰਟਾ ਕਰਕੇ ਚਲਾਈ ਫਿਰਦੇ ਆ ਹਾਂਜੀ ਇਹ ਵੀ ਗੱਲ ਹੈ ਕਿ ਜਿਵੇਂ ਸਟੰਟ ਕਰ ਲਿਆ ਹੁਣ ਸਟੰਟ ਹੀ ਆ ਸਟੰਟ ਕਰ ਲਿਆ ਕਦੇ ਕਿਸੇ ਤੇ ਛੱਡਦਾ ਕਦੇ ਪਹਿਲਾਂ ਮੁੱਖ ਮੰਤਰੀ ਚਲੋ ਇੰਨਾ ਪਤਾ ਇੰਨਾ ਸਾਨੂੰ ਵੀ ਯੂਜ਼ ਐਂਡ ਥਰੋ ਕੀਤਾ ਹੀ ਆ ਇੰਨਾ ਹਾਂ ਕਿ ਜਦੋਂ ਆਪਾਂ ਨੇ ਕਿਹਾ ਹੈ ਨਹੀਂ ਭਾਜੀ ਆਪਾਂ ਹੁਣ ਕਿ ਚੰਗੇ ਤਰੀਕਾ ਕਰੀਏ ਤੂੰ ਸਾਨੂੰ ਸਿਖਾਏਗਾ ਤੂੰ ਇਹ ਆ ਜੋ ਆ ਫਿਰ ਅਸੀਂ ਪਿੱਛੇ ਹਟ ਗਏ ਸੀਗਾ ਨਹੀਂ ਟਾਈਮ ਪਾ ਕੇ ਆ ਜਾਵਾਂਗੇ ਫਿਰ ਚੰਗੇ ਤਰੀਕੇ ਨਾਲ ਆਵਾਂਗੇ ਕਾਫੀ ਰੌਲਾ ਜਿਹਾ ਪਿਆ ਸੀ ਉਦੋਂ ਵੀ ਉਦੋਂ ਬਾਅਦ ਤਾਂ ਨੀ ਫਿਰ ਗਾਣਾ ਕੀਤਾ ਸੰਜੂ ਤੋਂ ਬਾਅਦ ਕੋਈ ਸੰਜੂ ਤੋਂ ਬਾਅਦ ਇੱਕ ਕੀਤਾ ਸੀ ਗਾਣਾ ਡੋਗ ਵੀ ਆਰ ਬੈਕ ਇੰਨਾ ਉਹ ਵੀ ਕੰਟਰੋਵਰਸੀ ਕ੍ਰੀਏਟ ਜੀ ਕੀਤੀ ਸੀ ਉਸ ਤੋਂ ਬਾਅਦ ਜਦੋਂ ਇੰਨਾ ਮੈਨੂੰ ਫੋਰਸ ਕੀਤਾ ਮੈਂ ਨਹੀਂ ਭਾਜੀ ਨਹੀਂ ਆਪਾਂ ਨਹੀਂ ਕਰਨੀ ਕੋਈ ਇਹੋ ਜਿਹੀ ਗੱਲ ਉਹ ਕਿਹਦੇ ਨਾਲ ਕਰਾਈ ਸੀ ਕੰਟਰੋਵਰਸੀ ਨਾਲ ਡੋਗ ਉਹ ਭਾਜੀ ਮੈਂ ਮਿਹਨਤਾਂ
ਗਾਣਾ ਸੀ ਰੱਖ ਮਿਹਨਤਾਂ ਦੀ ਜਾਰੀ ਰੱਖ, ਗਾਣਾ ਮੈਂ ਮੋਟੀਵੇਸ਼ਨਲ ਲਿਖਿਆ ਸੀ। ਓਕੇ, ਇਹਨਾਂ ਟਾਈਟਲ ਤੋਂ ਸਾਡਾ ਝਗੜਾ ਜਿਹਾ ਪਿਆ ਸੀ, ਇਹਨਾਂ ਆਂਦੇ ਟਾਈਟਲ ਰੱਖਣਾ ਸਿੱਧੂ ਦੇ ਨਾਮ ਤੇ, ਡੋਗ ਭੇਡਾ ਡੋਗ ਵੀ ਆਰ ਬੈਕ। ਉਹ ਗਾਣੇ ਦੇ ਵਿੱਚ ਕੋਈ ਇਹੋ ਜਿਹੀ ਲਾਈਨ ਵੀ ਨਹੀਂ ਸੀ, ਚੰਗੇ ਭਲੇ ਗਾਣੇ ਦੀ ਇਹਨਾਂ ਡੰਡ ਲਾਤੀ ਸੀ। ਅੱਛਾ, ਉਹ ਜਾਣੀ ਸਿੱਧੂ ਨਾਲ ਫਿਰ ਇਹਨਾਂ ਨੇ ਕੰਟਰੋਵਰਸੀ ਕਰਾਈ, ਮਤਲਬ ਇਹਨਾਂ ਦੀ ਇਹ ਸੀ ਕਿ ਆਪਾਂ ਟਾਈਟਲ ਵੀ ਉਹਦੇ ਨਾਮ ਨਾਲ ਜੋੜਾਂਗੇ ਤੇ ਸਾਨੂੰ ਇਹ ਸਿਰਫ ਆਪਣੇ ਚੈਨਲ ਦਾ ਫਾਇਦਾ ਸੋਚਦੇ ਜੇ ਬੰਦੇ ਦੀ ਕੋਈ ਇਮੇਜ ਨਹੀਂ ਦੇਖਦੇ। ਓਕੇ, ਹਾਂਜੀ, ਕਿ ਸਾਡੇ ਚੈਨਲ ਤੇ ਰੈਵਨਿਊ ਵੱਧਦਾ ਜਾਵੇ ਵੱਧਦਾ ਜਾਵੇ, ਅਗਲੇ ਦੀ ਇੱਜ਼ਤ ਨੂੰ ਆਪਾਂ ਕੋਈ ਗੱਲ ਨੀ। ਆਹੋ, ਹੁਣ ਲੱਖੇ ਦੀ ਵੀ ਆਈ ਆ, ਲੱਖਾ ਲੱਖੇ ਦੀ, ਲੱਖੇ ਬਾਈ ਦੀ ਇੱਜ਼ਤ ਜੋ ਮਰਜ਼ੀ ਹੈ, ਜਿੱਥੇ ਮਰਜ਼ੀ ਜਾਵੇ, ਪਹਾੜ ਤੇ ਜਾਵੇ, ਉਹ ਜੋ ਮਰਜ਼ੀ ਆ, ਪਰ ਉਹ ਚੀਜ਼ਾਂ ਨੀ ਸੋਚੀਆਂ ਵੀ ਉਹਨੇ ਪੰਜਾਬ ਲਈ। ਤੇਰੇ ਹਿਸਾਬ ਨਾਲ ਮੈਂ ਲੱਖੇ ਬਾਈ ਕਿੰਨੇ ਟੋਪ ਤੇ ਹੁਣ ਉਹੀ ਖੜੇ ਆ। ਮੈਂ ਤੈਨੂੰ ਇੱਕ ਗੱਲ ਪਾਉਂਦਾ, ਤੂੰ ਇਹਨਾਂ ਦੇ ਨਾਲ ਰਿਹਾ, ਤੂੰ ਇਹਨਾਂ ਦੇ ਤੇਰੇ ਗਾਣੇ ਵੀ ਕੀਤੇ, ਮੈਂ ਨੀ ਕਹਿੰਦਾ ਚੱਲ ਤੇਰੇ ਤੇਰਾ ਹੱਥ ਫੜਿਆ ਹੈ ਨਾ ਉਹ ਟਾਈਮ ਚ, ਪਰ ਤੇਰਾ ਹੱਥ ਯੂਜ਼ ਕਰਨ ਲਈ ਫੜਿਆ ਹੈ ਨਾ। ਮੈਂ ਇਹ ਨੀ ਕਹਿੰਦਾ, ਮੈਂ ਮੁੰਡਿਆਂ ਨੂੰ ਗੋਪੀ ਨੂੰ ਲੈ ਕੇ ਆਉਂਦਾ, ਸੋਨੀ ਨੂੰ ਲੈ ਕੇ ਆਉਂਦਾ, ਕੋਈ ਕਿਸੇ ਦੇ ਸਟੰਟ ਕਰਕੇ ਨੀ ਲੈ ਕੇ ਆਉਂਦਾ, ਕਿਸੇ ਨੂੰ ਗਾਲਾਂ ਕੱਢ ਕੇ ਨੀ ਲੈ ਕੇ ਆਉਂਦਾ ਆਪਾਂ, ਠੀਕ ਆ। ਪਰ ਗੱਲ ਇਹ ਆ ਵੀ ਇਹਨਾਂ ਨੇ ਤੈਨੂੰ ਲੈ ਕੇ ਆਉਂਦਾ ਵੀ ਤੈਨੂੰ ਕੀ ਵਧੀਆ ਲੱਗਦਾ, ਵੀ ਲੱਖਾ ਬਾਈ ਸਹੀ ਆ ਕਿ ਇਹ ਸਹੀ ਨੇ ਤੇਰੇ ਹਿਸਾਬ ਨਾਲ? ਇਹ ਵੀ ਗੱਲ ਤੁਹਾਨੂੰ ਕੀ ਦੱਸਿਆ, ਗਲਤ ਕਰਨੇ ਵੈਸੇ ਤੇ ਹੁਣ ਲੱਖੇ ਬਾਈ ਨੂੰ ਬਦਨਾਮ ਕਰ ਰਹੇ ਆ, ਠੀਕ ਆ। ਲੱਖੇ ਬਾਈ ਦੇ ਬਾਰੇ ਇਹਨਾਂ ਨੇ ਇਹ ਨੀ ਸੋਚਿਆ, ਤੁਸੀਂ ਤਾਂ ਚਲੋ ਗਾਣੇ ਕਰੀ ਜਾਂਦੇ ਹੋ, ਉਹ ਹਰੇਕ ਚੀਜ਼ ਦੇ ਨਾਲ ਖੜਾ ਹਨਾ। ਜਦੋਂ ਆਪਣੇ ਪੰਜਾਬੀ ਕਿਸੇ ਨੂੰ ਇਹ ਚੀਜ਼ ਬਾਰੇ ਪਤਾ ਹੀ ਨਹੀਂ ਸੀ, ਜਦੋਂ ਉਹਨੇ ਮੁੱਦਾ ਚੱਕਿਆ ਵੀ ਸਾਡਾ ਪੰਜਾਬ ਦੇ ਵਿੱਚ ਪੰਜਾਬੀ ਉੱਪਰ ਲਿਖੀ ਜਾਣੀ ਚਾਹੀਦੀ ਹੈ, ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਉੱਪਰ ਲਿਖੀ ਜਾਣੀ ਚਾਹੀਦੀ ਹੈ ਹਰੇਕ ਬੋਰਡ ਦੇ ਉੱਪਰ ਹਨਾ। ਕਿੱਡੇ ਕਿੱਡੇ ਉਹਨੇ ਰੰਮੀ ਰੰਧਾਵਾ ਭਾਈ ਆਪਣੇ ਨਾਲ ਖੜੇ ਆ, ਉਹ ਆਪਣੀ ਪੂਰੇ ਸਪੋਰਟ ਕਰਦੇ ਆ ਨਾਲ। ਨਹੀਂ ਨਹੀਂ, ਵਧੀਆ ਗੱਲ, ਵਧੀਆ ਗੱਲ, ਵਧੀਆ ਗੱਲ, ਕਰੋ ਕਰੋ ਜਿਹਦੇ ਨਾਲ ਵੀ ਕੰਮ ਕਰਨਾ ਹਨਾ, ਕਰੋ ਹਨਾ, ਇਹ ਨੀ ਗੱਲ। ਸਾਫ਼ ਸੁਥਰੀ, ਸਾਫ਼ ਸੁਥਰੀ ਚੀਜ਼ ਲੈ ਕੇ ਇਹਨਾਂ ਇਹਨਾਂ ਗੁਣੀ ਵੀ ਹਾਂ, ਹਰੇਕ ਚੀਜ਼ ਤੇ ਸਟੰਟ ਚਲਾਉਣਾ, ਹਰੇਕ ਚੀਜ਼ ਤੇ ਸਟੰਟ ਚਲਾਉਣਾ, ਕੋਈ ਵੀ ਚੀਜ਼ ਆ ਉਹਨੂੰ ਕੰਟਰੋਵਰਸੀ ਕਰ ਦੋ ਜੀ, ਆਹੀ ਚੱਲ ਜਾਂਗੇ ਜੀ, ਇਹ ਕਰ ਦਾਂਗੇ, ਇਹ ਬਾਹਲਾ ਟਾਈਮ ਨੀ ਚੱਲਦੀਆਂ ਹੁੰਦੀਆਂ ਇੱਕ ਦਿਨ ਨਹੀਂ, ਜਿਆਦਾ ਤੇ ਨੀ ਬੰਦਾ ਟਿਕਦਾ ਕੰਟਰੋਵਰਸੀਆਂ ਨਾਲ। ਹਾਂ, ਇਹ ਪਰਮਾਤਮਾ ਦੇ ਦਮ ਤੇ ਹੀ ਆਉਣਾ ਪੈਂਦਾ, ਇਹ ਨਹੀਂ ਠੀਕ ਆ। ਤੈਨੂੰ ਇੱਕ ਵਾਰ ਹਾਈਪ ਮਿਲ ਗਈ ਤਾਂ ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਹਰ ਵਾਰ ਹੀ ਤੁਸੀਂ ਕਿਸੇ ਨੂੰ ਟਾਰਗੇਟ ਕਰਕੇ ਚੱਲੀ ਜਾਓ, ਹਰੇਕ ਵਾਰ ਤੁਸੀਂ ਕਿਸੇ ਨਾ ਕਿਸੇ ਨੂੰ ਬਦਨਾਮ ਕਰਕੇ ਆਓ, ਚੰਗੀ ਚੀਜ਼ ਲੈ ਕੇ ਆਓ। ਯਾਰ ਗਲਤ ਕਰੀ ਜਾਂਦੇ ਆ ਯਾਰ, ਬਹੁਤ ਜ਼ਿਆਦਾ ਗਲਤ ਕਰੀ ਜਾਂਦੇ ਆ ਬੰਦੇ, ਦੇਖ ਲਾ ਇੱਕ ਚੰਗੇ ਭਲੇ ਬੰਦੇ ਨੂੰ ਬਦਨਾਮ, ਇੱਕ ਨਾਮ ਨਾਮੀ ਵਾਰ, ਹਰੇਕ ਹਰੇਕ ਵਾਰ ਇਹ ਨਾਮੀ ਵਾਰ ਬੰਦਾ ਫੜਦੇ ਆ ਵੀ ਹਾਂ ਅਸੀਂ ਹਰੇਕ ਵਾਰ ਹਨਾ। ਹੁਣ ਮੈਂ ਇੱਕ ਵੀਡੀਓ ਪਾਈ ਸੀ, ਸ਼ਾਇਦ ਤੁਸੀਂ ਦੇਖੀ ਹੋਣੀ, ਜਗਬਾਣੀ ਵਾਲੇ ਨੇ, ਉਹ ਸਾਰਿਆਂ ਨੇ ਪਾਈ, ਜਿਹੜੇ ਚੈਨਲਾਂ ਨੇ ਪਾਈ ਆਪਣੇ ਨਾ, ਰਾਤ ਦੇਖਣੇ ਸਾਰੇ ਚੈਨਲ, ਜਿੰਨੇ ਵੀ ਚੈਨਲ ਆਪਣੇ ਸਾਰਿਆਂ ਚਲਾਈ। ਪਰ ਚੱਕਰ ਇਹ ਆ ਵੀ ਉੱਥੇ ਮੈਂ ਇੱਕ ਚੀਜ਼ ਕਰਦਾ ਵੀ ਇਹਨਾਂ ਬੰਦਿਆਂ ਦੀ ਗੱਲ ਹੈ ਵੀ ਤੁਸੀਂ ਉਹ ਵੀਡੀਓ ਕਹਿੰਦੇ ਆ ਵੀ ਅਸੀਂ ਵੀਡੀਓ ਚ ਦੇਖਿਆ, ਵੀਡੀਓ ਨੂੰ ਜਾਣ ਬੁੱਧ ਕੇ ਹਾਈਲਾਈਟ ਕਰਨ ਦੇ ਮਾਰੇ ਨੇ ਵੀ ਤੁਸੀਂ ਇਹ ਤਾਂ ਦੇਖਿਆ ਨੀ, ਜਿਹੜੇ ਬੰਦੇ ਨੇ ਕਿ ਜਿਨ੍ਹਾਂ ਨੇ ਕੀਤਾ, ਜਿਨ੍ਹਾਂ ਨੇ ਬਾਣੇ ਲਾਏ ਜਾਂ ਕੁਛ ਵੀ ਕੀਤਾ, ਉਹ ਬੰਦੇ ਕਹਿੰਦੇ ਅਸੀਂ ਲਾਏ, ਉਹ ਚੀਜ਼ ਨੀ, ਉਹ ਚੀਜ਼ ਨੀ ਵੀਡੀਓ ਚ ਦਿਖਾਈ ਇਹਨਾਂ ਨੇ, ਅਸਲ ਚ ਲੱਖੇ ਨੂੰ ਜਾਣ ਕੇ ਟਾਰਗੇਟ ਕਰ ਲਿਆ। ਬਿਲਕੁਲ ਬਿਲਕੁਲ, ਫਿਰ ਆਂਦੇ ਅਸੀਂ ਬਲਰ ਪਾਈ ਤੇ ਪਾਈ ਕਿਉਂ, ਤੁਸੀਂ ਪਾਈ ਤੇ ਹੈਗੀ ਨਾ। ਹਾਂ ਵੀ ਕਿਉਂ ਪਾਈ ਤੁਸੀਂ, ਅਗਲੇ ਦੀ, ਅਗਲਾ ਤਾਂ ਪਾਈ ਬੋਲੂਗਾ ਜਦੋਂ ਤੁਸੀਂ ਕਿਸੇ ਦੀ ਇੱਜ਼ਤ ਦੇ ਖਿਲਾਫ ਚੱਲਦੇ ਹੋ, ਕਿਹੜਾ ਕੋਈ ਮਾੜਾ ਮੋਟਾ ਨਾਮ ਆ ਲੱਖੇ ਦਾ, ਕਿਹੜਾ ਕੋਈ ਲੱਖੇ ਨੂੰ ਬੱਚਾ ਬੱਚਾ ਜਾਣਦਾ ਪੰਜਾਬ ਦਾ ਵੀ ਹਾਂ ਲੱਖਾ ਕੌਣ, ਪੰਜਾਬ ਤੋਂ ਬਾਹਰ ਵੀ ਲੱਖੇ ਨੂੰ ਜਾਣਦੇ ਆ। ਹਾਂਜੀ, ਮੈਂ ਬਸ ਇਹੀ ਚੀਜ਼ ਆ ਵੀ ਉਹ ਬੰਦੇ ਨੂੰ ਫੜਨਾ ਜਿਹਦਾ ਨਾਮ ਆ, ਜੋ ਮੈਂ ਤੁਹਾਨੂੰ ਦੱਸ ਤੇ ਦਿਆਂ ਸਰ, ਇਹਨਾਂ ਦੇਖ ਲਾ ਇਹ ਬੰਦਾ ਇਸ ਟਾਈਮ ਟ੍ਰੈਂਡਿੰਗ ਆ, ਆਪਣਾ ਬਣ ਸਕਦਾ ਆ। ਓਕੇ, ਇਹਨੂੰ ਫੜ ਲਓ। ਤੇਰਾ ਫਿਰ ਇਹਨਾਂ ਨੇ ਉਦੋਂ ਬਾਅਦ ਕੁਛ ਨੀ ਕੀਤਾ? ਨਹੀਂ ਕੁਛ ਨੀ ਕੀਤਾ, ਨਾ ਇਹਨਾਂ ਮੈਂ ਕਾਲ ਵੀ ਕੀਤੇ, ਨਾ ਕੋਈ ਕਾਲ ਵੀ ਨੀ ਚੱਕੇ, ਮੈਂ ਭਾਈ ਕਿੱਦਾਂ ਕਰਨਾ, ਇਹਨਾਂ ਕੋਈ ਕਾਲ ਨੀ ਚੱਕੇ, ਹਾਂ ਆਪਾਂ ਕਰਨਾ ਕਿੱਦਾਂ, ਨਹੀਂ। ਕਾਫੀ ਕਾਲਸ ਵਗੈਰਾ ਮੈਂ ਕੀਤੇ, ਇਹਨਾਂ ਕੋਈ ਰਿਸਪੋਂਸ ਨੀ ਦਿੱਤਾ। ਤੇਰਾ ਬਾਉਂਡ ਛੱਡਤਾ ਇਹਨਾਂ ਨੇ ਕਿ ਨਹੀਂ? ਹਾਂ ਛੱਡਤਾ ਇਹਨਾਂ, ਜਿਹੜਾ ਉਹ ਮੈਂ ਰੈਡਗੀ ਸ਼ਹਿਰ ਵਾਲਾ, ਪਤਾ ਤੈਨੂੰ ਉਹ ਕੰਮ ਦਾ, ਜਿਹੜਾ ਮੈਂ ਪਾਈ ਆ ਦੀ ਵੀਡੀਓ ਪਾਈ ਆ ਦੀ, ਇਹ ਉੱਥੇ ਰਹਿੰਦਾ ਸੀ, ਇਹਨੂੰ ਰਿਪੋਰਟ ਕੀਤਾ। ਹਾਂ ਮੈਨੂੰ ਪਤਾ, ਮੈਨੂੰ ਪਤਾ ਸਾਰਾ, ਸਾਰੀ ਕਹਾਣੀ ਦਾ, ਵੀਡੀਓ ਦੇਖੀ ਰਾਤੀ। ਹਾਂ ਊਂ ਤਾਂ ਤੂੰ ਚੱਲ ਵਿੱਚ ਰਿਹਾ, ਤੈਨੂੰ ਤਾਂ ਪਤਾ ਹੀ ਹੋਣਾ ਗੱਲ ਦਾ ਵੀ ਇਹ ਸੱਚੀ ਆ ਕਿ ਝੂਠੀ ਆ। ਚੱਲ ਕੋਈ ਗੱਲ ਨੀ, ਕੋਈ ਗੱਲ ਨੀ, ਕੋਈ ਚੱਕਰ ਨੀ। ਹੋਰ ਘਰ ਪਰਿਵਾਰ ਠੀਕ ਆ? ਹਾਂਜੀ ਹਾਂਜੀ ਵਧੀਆ। ਤੁਸੀਂ ਉਹ ਨੀ ਮਾਰੀ ਫਲਾਈਟ ਆਈ ਕਿਸੇ ਦਿਨ ਚੰਡੀਗੜ੍ਹ ਜਦੋਂ ਆਇਆ? ਚੰਗਾ, ਜਦੋਂ ਮਰਜੀ, ਕੋਈ ਚੱਕਰ ਨੀ। ਕਿਹੜੀ ਜਗ੍ਹਾ ਸਰ? ਮੈਂ ਇੱਥੇ ਮੋਹਾਲੀ ਰਹਿੰਦਾ ਵੀਰੇ। ਮੋਹਾਲੀ? ਹਾਂ ਹਾਂ ਹਾਂ, ਫੋਨ ਕਰ ਲਈ ਕੋਈ ਨੀ, ਜਦੋਂ ਆਉਣਾ ਹੋਇਆ ਕੋਈ ਚੱਕਰ ਨੀ, ਇੱਥੇ ਸਟੂਡੀਓ ਵਗੈਰਾ ਸਾਰਾ ਕੁਛ ਆਪਣਾ ਲੱਗਿਆ, ਕੋਈ ਨੀ, ਜਦੋਂ ਆਉਣਾ ਹੋਇਆ ਦੱਸ ਦੀ, ਕੋਈ ਗੱਲ ਨੀ। ਓਕੇ ਸਰ, ਓਕੇ, ਕੋਈ ਹੈਲਪ ਦੀ ਲੋੜ ਹੋਈ ਮੇਰਾ ਭਰਾ, ਹਨਾ? ਹਾਂਜੀ ਹਾਂਜੀ, ਕੋਈ ਚੱਕਰ ਨੀ, ਆਪਾਂ ਜਲਦੀ। ਹਾਂ ਕਰੋ ਕਰੋ, ਕੋਈ ਵਧੀਆ ਗਾਣਾ ਲਿਖਿਆ ਪਿਆ ਉਹ ਵੀ ਦੇਈ, ਕੋਈ ਨੀ, ਆਪਾਂ ਕਰਾਂਗੇ ਚੱਕਰ ਨਾਲ, ਵਾਧੂ ਮੈਟਰ ਪਿਆ ਹੁੰਦੇ, ਵਧੀਆ ਵਧੀਆ ਆਪਣੇ। ਹਾਂ ਚਲੋ ਠੀਕ ਆ ਵੀਰੇ, ਓਕੇ ਸਰ, ਓਕੇ ਭਾਜੀ, ਓਕੇ। ਹਾਂ ਚਲੋ ਠੀਕ ਆ ਵੀਰੇ,
ओके सर, ओके ओके भाई, ओके थैंक यू। हाँ चलो ठीक है वीरे, ओके सर, ओके भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। हाँ चलो ठीक है वीरे, ओके सर, ओके ओके। भाई, ओके थैंक यू। चस्का टीवी इस गल की पुष्टि नहीं करता कि यह कॉल रिकॉर्डिंग सच्ची है या झूठी, पर यह इंटरनेट से वायरल इन्ना ही नामों समेत हो रही है। देखते रहो चस्का टीवी और चैनल को सब्सक्राइब जरूर कर लियो।